ਦੋਸਤੋ, ਗਰੀਬ ਇਨਸਾਨਾਂ ਲਈ ਦੁੱਧ ਬਹੁਤ ਹੀ ਕੀਮਤੀ ਚੀਜ਼ ਹੈ, ਪਰ ਕਈ ਵਾਰੀ ਇਸ ਨੂੰ ਪਾਣੀ ਵਾਂਗ ਵੀ ਡੋਲਣਾ ਪੈਂਦਾ ਹੈ। ਪਿਛਲੇ ਦਿਨੀ ਇੱਕ ਸੀਨ ਦੇ ਵਿੱਚ ਸੰਨੀ ਲਿਓਨ ਨੇ 100 ਲੀਟਰ ਦੁੱਧ ਨਾਲ ਇਸ਼ਨਾਨ ਕੀਤਾ। ਅਮਰੀਕਾ ਦੀ ਪੋਰਨ ਇੰਡਸਟਰੀ ਤੋਂ ਆ ਕੇ ਬਾਲੀਵੁੱਡ ਵਿੱਚ ਨਾਂ ਕਮਾਉਣ ਵਾਲੀ ਸੰਨੀ ਲਿਓਨ ਸਭ ਤੋਂ ਪਹਿਲਾਂ ਬਿਗ ਬੌਸ ਦੇ ਜ਼ਰੀਏ ਦਰਸ਼ਕਾਂ ਸਾਹਮਣੇ ਆਈ ਸੀ, ਜਿੱਥੋਂ ਮਹੇਸ਼ ਭੱਟ ਨੇ ਉਸ ਨੂੰ ਜਿਸਮ 2 ਵਿੱਚ ਕੰਮ ਦਿੱਤਾ। ਉਸ ਤੋਂ ਬਾਅਦ ਤਾਂ ਉਹ ਕਈ ਫਿਲਮਾਂ ਵਿੱਚ ਅਭਿਨੈ ਕਰ ਚੁੱਕੀ ਹੈ, ਪਰ ਹੁਣ ਇੱਕ ਫਿਲਮ ਦੇ ਸੀਨ ਦੀ ਸ਼ੂਟਿੰਗ ਕਰਨ ਲਈ ਸੰਨੀ ਲਿਓਨ ਨੇ 100 ਲੀਟਰ ਦੁੱਧ ਨਾਲ ਇਸ਼ਨਾਨ ਕੀਤਾ ਸੀ। ਅਹਿਮਦ ਖਾਨ ਦੇ ਭਰਾ ਬੱਬੀ ਖਾਨ ਨੇ ਇੱਕ ਪਹਿਲੀ ਲੀਲਾ ਫਿਲਮ ਬਣਾਈ ਸੀ। ਇਸ ਫਿਲਮ ਦੇ ਇੱਕ ਸੀਨ ਵਿੱਚ ਸੰਨੀ ਲਿਓਨ ਨੂੰ ਦੁੱਧ ਨਾਲ ਨਹਾਉਂਦੇ ਦਿਖਾਇਆ ਗਿਆ ਹੈ। ਇਸ ਸੀਨ ਨੂੰ ਸ਼ੂਟ ਕਰਨ ਲਈ ਸੰਨੀ ਨੂੰ ਕਾਫੀ ਦਿੱਕਤ ਆਈ, ਕਿਉਂਕਿ ਬਾਰ ਬਾਰ ਉਸ ਤੇ ਦੁੱਧ ਪਾਇਆ ਜਾ ਰਿਹਾ ਸੀ ਤੇ ਉਸ ਸਮੇਂ ਠੰਡ ਵੀ ਬਹੁਤ ਹੀ, ਦੁੱਧ ਵਿੱਚ ਗਰਮ ਪਾਣੀ ਮਿਲਾਇਆ ਗਿਆ ਸੀ ਅਤੇ ਸੰਨੀ ਦੇ ਸਰੀਰ ਤੇ ਲਾਲ ਲਾਲ ਦਾਣੇ ਵੀ ਨਿਕਲ ਆਏ ਸਨ। ਹਾਲਾਂਕਿ ਸੰਨੀ ਲਿਓਨ ਨੇ ਇਹ ਸੀਨ ਬਹੁਤ ਹੀ ਵਧੀਆ ਕੀਤਾ ਅਤੇ ਇਹ ਸੀਨ ਦੇਣ ਲਈ ਸਭ ਕੁਝ ਉਸਨੇ ਸਹਿਣ ਕਰ ਲਿਆ ਸੀ। ਦੋਸਤੋ, ਮਿਲਦਿਆਂ ਨਵੀਂ ਜਾਣਕਾਰੀ ਦੇ ਨਾਲ।